ਆਇਓ ਰੱਬਾ ਲਓ ਵੀ ਮੁੰਡਿਓ, ਬੜੇ ਟਾਈਮ ਬਾਅਦ ਮੁੰਡਿਓ, ਬੜੇ ਟਾਈਮ ਬਾਅਦ ਕਹਿੰਦੇ ਕੌਣ ਆ ਗਿਆ, ਉਹੀ ਗੱਲਾਂ ਉਹੀ ਬਾਤਾਂ ਮੇਰੇ ਵੀਰੇ। ਇੱਕ ਵਾਰੀ ਫਿਰ ਕਾਲਾ ਜੱਟ ਇਨ ਦਾ ਹਾਊਸ ਬੇਬੀ। ਕਿੱਦਾਂ ਮੁੰਡੋ, ਕੀ ਹਾਲ ਚਾਲ ਆ ਬਾਈ? ਮਹੀਨੇ ਬਾਅਦ ਸਾਨੂੰ ਖੇਤ ਦੀ ਆਈ ਯਾਦ, ਤੇ ਇੱਧਰ ਆਪਣੇ ਟਰੈਕਟਰ ਰੋਲਿਆਂ 'ਚ ਬਾਈ ਪਤਾ ਨਹੀਂ ਕੀ ਕਰੀ ਜਾਂਦੇ ਆ। ਅਤੇ ਆਹ ਜਿਹੜੀ ਆਪਣੀ ਕਣਕ ਹੀ ਸੀ ਨਾ, ਕਣਕ ਦਾ ਕਪਾਹ ਬਣੀ ਪਈ ਆ, ਕਣਕ ਤਾਂ ਚੌਲ ਆ, ਆਈ ਥਿੰਕ ਚੌਲ ਆ ਬਾਈ। ਅਤੇ ਆਹ ਟਰੈਕਟਰ ਦੇ ਪਿੱਛੇ ਪਤਾ ਨਹੀਂ ਕੀ ਪਾਇਆ ਪਿਆ, ਮੈਨੂੰ ਸਮਝ ਨਹੀਂ ਲੱਗਦੀ ਪਈ, ਚੱਲਣ ਕੀੜੇ ਆ ਇੱਥੇ, ਮਤਲਬ ਚੱਲਣ ਕੀੜੇ ਆ ਬਾਈ। ਅਤੇ ਬਾਕੀ ਮੇਰੇ ਵੀਰੋ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਅਸਲਾਮ ਵਾਲੇਕਮ ਬਾਈ, ਵੈਲਕਮ ਬੈਕ ਇੱਕ ਵਾਰੀ ਫਿਰ ਹੈ ਨਾ। ਤੁਸੀਂ ਦੇਖ ਰਹੇ ਹੋ ਬਰਾੜ ਟੀਵੀ, ਅਤੇ ਫਾਰਮਿੰਗ ਵਾਲੀ ਵੀਡੀਓ ਲੈ ਕੇ ਆ ਚੁੱਕੇ ਹਾਂ। ਪਰ ਬਾਈ ਇੱਥੇ ਟਰੈਕਟਰ, ਮੈਂ ਕਿਹਾ ਆਪਣੇ ਕੋਲ ਨਿਊ ਹਲੈਂਡ ਫੋਰਡ ਅਤੇ ਉੱਧਰ ਆਪਣਾ ਸਵਰਾਜ ਖੜਾ, ਸਮਝ ਨਹੀਂ ਲੱਗਦੀ ਪਈ ਕਰਨਾ ਕੀ ਆਪਾਂ, ਕੀ ਕਰੀਏ ਯਾਰ। ਇੱਦਾਂ ਕਰਦੇ ਹਾਂ, ਜਿਹੜਾ ਕਿੱਲਾ ਹੈਗਾ ਨਾ, ਇਹ ਹੁਣ ਚੌਲਾਂ ਨੂੰ ਤਾਂ ਬਈ ਉੱਲੀ ਉੱਲੀ ਲੱਗ ਗਈ, ਮੈਨੂੰ ਲੱਗਦਾ ਸੁੰਡੀਆਂ ਲੱਗ ਗਈਆਂ, ਚੌਲ ਆਪਣੇ ਕਿਸੇ ਕੰਮ ਦੇ ਨਹੀਂ। ਇਹ ਕਿੱਲੇ ਨੂੰ ਆਪਾਂ ਕਲੀਅਰ ਕਰੀਏ ਹੁਣ, ਜਲਦੀ ਜਲਦੀ ਨਾ ਇੱਥੇ ਆਪਾਂ ਮਤਲਬ ਪੱਧਰਾ ਕਰੀਏ ਹੈ ਨਾ, ਅਤੇ ਪੱਧਰਾ ਕਰਕੇ ਬਾਅਦ 'ਚੋਂ ਫਿਰ ਆਪਾਂ ਕਰਦੇ ਹਾਂ ਫੋਨ ਬਾਈ ਨੂੰ ਯਾਰ, ਕਿਉਂਕਿ ਨਵਾਂ ਟਰੈਕਟਰ ਲੈ ਕੇ ਆਉਂਦਾ ਬਾਈ ਨੇ। ਸੋ ਮਾਰਦੇ ਹਾਂ ਫੋੜ ਦੀ ਸੈਲਫ, ਫੋੜ ਚੱਲਦਾ ਵੀ ਆ ਤਾਂ ਤੇਲ ਤੂਲ ਮੁੱਕ ਗਿਆ, ਚੱਲਦਾ ਉਹ ਬੱਲੇ ਬੱਲੇ ਨਹੀਂ ਰੀਸਾ ਮੇਰੇ ਵੀਰੋ। ਮੈਨੂੰ ਲੱਗਿਆ ਸੀ ਫੋੜ ਹੋ ਗਿਆ ਜਾਮ, ਪਰ ਫੋੜ ਚੱਲਦਾ ਗਾ ਬਾਬਿਓ, ਜਿੱਦਾਂ ਤੁਸੀਂ ਦੇਖ ਸਕਦੇ ਹਾਂ। ਆਏ ਹਾਏ ਹਾਏ, ਪੱਟਦਾ ਮਿੱਟੀ ਹੈ ਨਾ ਫੋੜ, ਪਰ ਆਹ ਕਿਹੋ ਜਿਹੇ ਹਾਲੇ ਯਾਰ, ਨਹੀਂ ਇਹ ਪੱਧਰੇ ਹਾਲ ਆ। ਓਕੇ ਓਕੇ ਓਕੇ, ਇੱਦਾਂ ਕਰਦੇ ਹਾਂ, ਬੱਲੇ 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 ਨਹੀਂ ਰੀਸਾ। ਓਕੇ ਪਾਉਂਦੇ ਹਾਂ ਦੂਜਾ ਹਾਈ, ਅਤੇ ਫੋੜ ਦਾ ਕਹਿੰਦੇ ਮੇਰੇ ਵੀਰੇ ਇੱਕ ਪਾਸੇ ਅੱਤ ਜੀ ਕਰਾਈ, ਅਤੇ ਲਓ ਬਾਬੇ ਇਹ ਮੈਂ ਕਰਦਾ ਰੋਜਨ, ਇੱਦਾਂ ਕਰਦੇ ਹਾਂ ਇਹਨੂੰ ਭਈਆ ਲਾ ਦਿੰਦੇ ਇੱਥੇ, ਚੱਲ ਭਈਏ ਤੂੰ ਕੰਮ ਕਰ। ਆਹ ਸਾਨੂੰ ਸਾਰਾ ਕਿੱਲਾ ਨਾ ਕਲੀਅਰ ਚਾਹੀਦਾ, ਬੱਲੇ ਬੱਲੇ ਲੈ ਜਾ। ਅਤੇ ਦੂਜਾ ਜਿਹੜਾ ਨਿਊ ਹਲੈਂਡ ਖੜਾ ਮੇਰੇ ਵੀਰੇ, ਆਪਣਾ ਸਿੱਧੂ ਬਾਈ ਦੀ ਫੋਟੋ ਲੱਗੀ ਆ ਪਿੱਛੇ ਜਿੱਦਾਂ ਤੁਸੀਂ ਦੇਖ ਸਕਦੇ ਆ, ਇਹਦੇ ਪਿੱਛੇ ਐਡੇ ਵੱਡੇ ਹਲ ਪਾਏ ਆ, ਮੈਨੂੰ ਸਮਝ ਨਹੀਂ ਲੱਗਦੀ ਪਈ ਇਹ ਚੱਲਣ ਕੀ ਰਿਹਾ। ਚਲੋ ਇਹਨੂੰ ਆਪਾਂ ਚਲਾਉਂਦੇ ਹਾਂ, ਤੁਹਾਡੀ ਨੂੰ ਇਹ ਵੀ ਰੈਡੀ ਖੜਾ, ਲਓ ਬਾਈ ਮੀਡੀਅਮ ਆ ਰਿਹਾ ਬਾਈ, ਬਾਈ ਗੇਅਰ ਤਾਂ ਪਾ ਲਈਏ ਪਹਿਲਾਂ, ਮੀਡੀਅਮ ਦੂਜਾ ਪਾ ਲਿਆ ਬਾਈ, ਅਤੇ ਮੈਨੂੰ ਲੱਗਦਾ ਇਹਨੇ ਛੇਤੀ ਨੂੰ ਵੇੜ ਦੇਣਾ ਕੰਮ ਬਾਈ। ਇਹਨੂੰ ਲਾਉਂਦੇ ਹਾਂ ਹਲ ਥੱਲੇ, ਓਏ ਹੋਏ ਹੋਏ ਇਹ ਕੀ ਹੋ ਗਿਆ, ਮੈਨੂੰ ਲੱਗਿਆ ਸੀ ਇਹਨੇ ਕੰਮ ਛੇਤੀ ਨੂੰ ਵੇੜ ਦੇਣਾ ਬਾਬੇ, ਉਹ ਤਾਂ ਪਰ ਅੱਕੜ ਬੱਕੜ ਬੰਬੇ ਉਹ ਕਰਨ ਲੱਗ ਗਿਆ। ਉਹ ਆਪਣਾ ਭਈਆ ਖੜ ਗਿਆ ਉੱਥੇ, ਨਹੀਂ ਨਹੀਂ ਲੱਗਿਆ ਪਿਆ, ਇਹ ਮਾਮਾ ਹੀਰ ਦਾ ਹਾਲ ਨਹੀਂ ਖਿੱਚਦਾ ਪਿਆ। ਅਤੇ ਮੇਰਾ ਇਹ ਮੀਡੀਅਮ ਦੂਜਾ ਬਾਈ, ਹਾਈ ਪਹਿਲੇ 'ਚ ਖਿੱਚ ਲੂ, ਸ਼ਾਬਾਸ਼ ਲੋ ਆਏ, ਹੁਣ ਜਾਂਦਾ ਥੋੜ੍ਹਾ ਜਿਹਾ। ਕਊਆ ਬਰਿਆਨੀ ਬਾਈ, ਐਡੇ ਵੱਡੇ ਹਾਲ ਨਹੀਂ ਖਿੱਚੇ ਜਾਂਦੇ ਯਾਰ, ਤੂੰ ਥੋੜ੍ਹਾ ਚੱਲਣ ਕੀੜੇ ਆ। ਮੀਡੀਅਮ ਦੂਜਾ ਸਹੀ ਸੀ, ਉੱਧਰ ਵੇਖੋ ਇੱਦੂ ਵਧੀਆ ਫੋੜ ਆ ਬਾਈ, ਆਪਣਾ ਫੋੜ ਲੱਗਿਆ ਪਿਆ ਨਾ, ਮੈਨੂੰ ਲੱਗਦਾ ਨਾ ਇਹਨਾਂ ਟਰੈਕਟਰਾਂ ਦਾ ਤੇਲ ਤੂਲ ਬਾਈ ਚੈੱਕ ਕਰਾਉਣ ਵਾਲਾ, ਜਾਂ ਆਪਣੇ ਭਈਏ ਨੂੰ ਗੇਅਰ ਗੂਰ ਨਹੀਂ ਪਾਉਣੇ ਆਉਂਦੇ। ਸੋ ਮੈਨੂੰ ਸਮਝ ਨਹੀਂ ਲੱਗਦੀ ਪਈ ਕੀ ਕਰਨਾ ਕੀ ਨਹੀਂ, ਪਰ ਕੋਈ ਚੱਕਰ ਨਹੀਂ, ਆਪਾਂ ਕਿੱਲਾ ਇਹ ਪੱਧਰਾ ਚਾਹੀਦਾ ਆਪਾਂ ਨੂੰ ਬਾਈ, ਕਿਉਂਕਿ ਤੁਹਾਨੂੰ ਵੀ ਪਤਾ ਆਪਣਿਆਂ ਨੂੰ ਸਾਲ ਹੀ ਹੋ ਗਿਆ ਯਾਰ ਇੱਥੇ ਵੀ ਭਈਆ ਹੀ ਲਾਓ ਬਾਈ, ਕਿੰਨਾ ਡਾਂਟ ਪਾਇਆ ਟਰੈਕਟਰ ਨੂੰ। ਅਤੇ ਅੱਜ ਦਾ ਆਪਾਂ ਮੇਨ ਕੰਮ ਤੁਹਾਨੂੰ ਮੈਂ ਦੱਸੂੰਗਾ, ਕਿਉਂਕਿ ਮੈਂ ਫੋਨ ਦੀ ਵੇਟ ਕਰਦਾ ਪਿਆ, ਬਾਈ ਨੇ ਕਿਹਾ ਇੱਕ ਨਵਾਂ ਟਰੈਕਟਰ ਲਿਆਂਦਾ ਤੇਰੇ ਲਈ, ਅਤੇ ਉਹਨੂੰ ਆ ਕੇ ਜ਼ਰੂਰ ਚੈੱਕ ਕਰੀ। ਬਾਕੀ ਆ ਫੋੜ ਦੇਖ ਲਈਏ, ਫੋੜ ਚੱਲਦਾ ਪਿਆ ਨਾ, ਇਹ ਮਾਮਾ ਹੀਰ ਦਾ ਯਾਰ, ਇਹ ਹੁਣ ਆ ਇਹਦੀ ਵੇਟ ਕਰੀ ਜਾਂਦਾ ਕਿ ਇਹ ਪਾਸੇ ਕਰੂ ਕੋਈ, ਤੂੰ ਉੱਧਰ ਦੀ ਲੈ ਜਾ ਭਰਾਵਾ, ਕੀ ਹੋਇਆ ਪਿਆ ਯਾਰ ਤੈਨੂੰ। ਚੱਲ ਸਹੀ ਹੈ ਯਾਰ, ਚਲੋ ਆਪਣਾ ਦੂਜਾ ਟਰੈਕਟਰ ਲੱਗਿਆ ਪਿਆ, ਵੈਸੇ ਮੈਂ ਕਰਦਾ ਪਾਸੇ ਯਾਰ ਇਹਨੂੰ, ਉਹ ਆਪਣਾ 855 ਵੀ ਆ ਖੜਾ ਬਾਬਿਓ। ਅਤੇ ਆਹ ਟਰੈਕਟਰ ਦੇ ਪਿੱਛੇ ਕੀ ਪਾਇਆ ਪਿਆ, ਇਹ ਕੀ ਜਗਾਰਮੈਂਟ ਬਾਬਿਓ, ਇਹ ਕੀ ਇਹਨੂੰ ਕੀ ਕਹਿੰਦੇ ਹਾਂ ਬਾਈ ਆਪਾਂ, ਉਹ ਥੋਡੀ ਨੂੰ 735 ਐਡੀ ਵੱਡੀ ਚੀਜ਼ ਖਿੱਚੀ ਜਾਂਦਾ, ਪਰ ਸਾਲਾ ਚੀਜ਼ ਕੀ ਆ, ਚੱਲਦੀ ਆ ਕਿ ਨਹੀਂ,
ਹੈ ਮੁੰਡਾ? ਇਹ ਪਤਾ ਨਹੀਂ ਯਾਰ, ਮੈਂ ਐਡੇ ਐਡੇ ਸੰਦ ਖੜ੍ਹੇ ਹੁਣ ਮੈਨੂੰ ਸਮਝ ਨਹੀਂ ਲੱਗਦੀ ਪਈ। ਤੁਸੀਂ ਵੀ ਕਮੈਂਟਾਂ 'ਚ ਗਾਲਾਂ ਹੀ ਕੱਢੋਗੇ ਬਾਈ, ਇਹਨੂੰ ਪਤਾ ਨਹੀਂ ਕੀ ਕਹਿੰਦੇ ਹੁੰਦੇ ਆ, ਪਰ ਜੋ ਵੀ ਆ ਕਮੈਂਟ ਕਰਕੇ ਦੱਸਿਓ ਬਾਬਿਓ। ਪਰ ਆਹ ਟਰੈਕਟਰ ਮੈਂ ਹੈਰਾਨ ਆ ਬਾਈ, ਐਡੀ ਵੱਡੀ ਚੀਜ਼ ਨੂੰ ਖਿੱਚੀ ਜਾਂਦਾ, ਸਿੱਧੀ ਗੱਲ। ਆਹ ਮੈਨੂੰ ਲੱਗਦਾ ਸੁਹਾਗਾ ਹੋਣਾ, ਇਹਦੇ ਉੱਤੇ ਮਾਰ ਕੇ ਦੇਖੀਏ। ਬੱਲੇ ਬੱਲੇ ਬੱਲੇ, ਜਿਹੜਾ ਪੱਧਰ ਵੇਖਿਆ ਤੁਹਾਨੂੰ ਕਿਹਾ ਸੀ ਨਾ ਗੋਰਿਆਂ ਦਾ ਸੁਹਾਗਾ, ਆਹ ਦੇਖੋ ਜਿੱਥੇ ਦੀ ਉਹਨੇ ਹਲ ਮਾਰੇ ਸੀ ਨਾ। ਨਹੀਂ ਕੁਛ ਨਹੀਂ ਫਰਕ ਪੈਂਦਾ, ਇਹ ਮੈਨੂੰ ਲੱਗਦਾ ਇਹਨੂੰ ਚਲਾਇਆ ਨਹੀਂ ਆਪਾਂ। ਫਿਰ ਕਹੋਗੇ ਬਾਈ ਤੁਸੀਂ ਔਨ ਕਰੋ, ਇਹ ਔਨ ਇਹ ਤੋਂ ਹੁੰਦਾ ਬੀ ਤੋਂ, ਪਰ ਇਹ ਚੱਲਦਾ ਨਹੀਂ, ਪਤਾ ਨਹੀਂ ਕੀ ਹੈ। ਮੈਨੂੰ ਲੱਗਦਾ ਕੌਆ ਬਿਰਿਆਨੀ ਕੰਮ ਇਹਦਾ ਵੀ, ਹੈ ਨਾ। ਸੋ ਇਹਨੂੰ ਲੈਫਟ ਚੱਲਦੀ ਆ, ਬਾਕੀ ਟਰਨ ਆਉਣ ਵਾਲਾ ਕੰਮ ਉਹ ਨਹੀਂ ਚੱਲਦਾ। ਸ਼ਾਬਾਸ਼। ਸੋ ਐਕਸ ਤੋਂ ਕੀ ਹੁੰਦਾ? ਹਾਏ ਯਾਰ ਰੱਬਾ, ਚਲੋ ਇਹ ਆਪਣੇ ਕੰਮ ਦੇ ਬਾਈ, ਆਪਣੇ ਆਪਣੇ ਬੱਸੋਂ ਬਾਹਰ ਆ ਇਹ ਗੱਲਾਂ ਜਿਹੜੀਆਂ ਹੈਗੀਆਂ। ਬਸ ਆਪਾਂ ਸੈਲਫ ਮਾਰਨੀ ਆ ਅਤੇ ਟਰੈਕਟਰ ਭਜਾਉਣਾ, ਪਰ ਆਪਾਂ ਨੂੰ ਬਾਈ ਜਲਦੀ ਜਲਦੀ ਇਹ ਰਸਤੇ ਕਲੀਅਰ ਚਾਹੀਦੇ ਆ। ਪਰ ਆ ਮੈਂ ਪਤਾ ਨਹੀਂ ਐਡਾ ਵੱਡਾ ਸੰਦ ਜਿਹਾ ਪਿੱਛੇ ਪਾ ਕੇ ਕਰਨ ਕੀੜੇ ਆ ਯਾਰ। ਚਲੋ ਇਹਨੂੰ ਲਾਓ ਯਾਰ। ਅਤੇ ਹਾਂਜੀ ਬਾਈ, ਮੇਰੇ ਆਉਂਦੇ ਤੱਕ ਇਹ ਕਰ ਦੇਣਗੇ ਕਲੀਅਰ ਯਾਰ? ਕੀ ਲੱਗਦਾ ਮੁੰਡੇ, ਕੀ ਲੱਗਦਾ ਆਪਣੇ ਆਉਂਦੇ ਤੱਕ ਇਹ ਕਰ ਦੇਣਗੇ? ਲੱਗਿਆ ਤਾਂ ਪਿਆ ਵੈਸੇ। ਚਲੋ ਆਪਾਂ ਜਾਂਦੇ ਹਾਂ ਹੁਣ, ਰੱਬ ਤੁਹਾਡਾ ਭਲਾ ਕਰੇ, ਨਵਾਂ ਟਰੈਕਟਰ ਲੈਣ। ਇਹ ਕਿੱਲਾ ਆਪਣਿਆਂ ਨੂੰ ਬਾਈ ਕਲੀਅਰ ਚਾਹੀਦਾ, ਤੁਹਾਨੂੰ ਵੀ ਪਤਾ ਸਾਰਿਆਂ ਨੂੰ। ਸੋ ਆਹ ਟਰੈਕਟਰ ਵੀ ਬਾਈ ਮੈਨੂੰ ਬਹੁਤ ਸੋਹਣਾ ਲੱਗਦਾ, ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ। ਟਰੈਕਟਰ ਮੈਂ ਕਿਹਾ ਚੈੱਕ ਕਰੋ ਤੁਸੀਂ, ਨੀਲ ਧਾਰੀ ਰੰਗ ਹੈ ਇਹਦਾ ਪੂਰਾ ਵਧੀਆ, ਅਤੇ ਫਰਾਟੇ ਮਾਰਦਾ ਪਿਆ। ਮੈਨੂੰ ਲੱਗਦਾ ਮੈਂ ਗਲਤ ਆ ਗਿਆ, ਇੱਧਰ ਦੀ ਪਾ ਦਈਏ, ਇੱਧਰ ਦੀ ਪਾ ਦਿੰਦੇ ਹੈ ਨਾ। ਉਹ ਕੀ ਨਾ ਬਾਈ, ਇੰਨੇ ਟਾਈਮ ਬਾਅਦ ਆਪਣਾ ਭਈਆ ਆਇਆ, ਮੈਨੂੰ ਸਮਝ ਨਹੀਂ ਲੱਗਦੀ ਪਈ ਕਿੱਧਰ ਆ। ਆਪਾਂ ਜਾਣਾ ਬਸ ਧਾਲੀਵਾਲ ਦੇ ਖੇਤ 'ਚ ਜਾਣਾ, ਅਤੇ ਉੱਥੇ ਬਾਈ ਨੇ ਕਿਹਾ ਤੇਰੇ ਲਈ ਇੱਕ ਸਰਪ੍ਰਾਈਜ਼ ਖੜਾ ਗਾ। ਮੈਂ ਕਿਹਾ ਦੇਖ ਲੈਂਦੇ ਹਾਂ ਕਿਹੜਾ ਸਰਪ੍ਰਾਈਜ਼ ਆ ਬਾਈ, ਟਰੈਕਟਰ ਟਰੂਕਟਰ ਤਾਂ ਆਪਣੇ ਕੋਲ ਸਾਰਾ। ਇੱਕ ਚੀਜ਼ ਦਿਖਾਵਾਂ ਤੁਹਾਨੂੰ, ਇੱਧਰ ਦੇਖੋ, ਆਹ ਮੰਨਦੇ ਆ ਇਹ 'ਚ ਪਾਈਆਂ ਗਈਆਂ ਆਪਾਂ ਡੈਕਸ ਬ੍ਰੇਕਾਂ ਬਾਈ, ਜੇ ਪਵਾਉਣੀਆਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਬਾਕੀ ਤੁਹਾਡੀ ਮਰਜ਼ੀ ਆ ਤੁਹਾਨੂੰ। ਹੁਣ ਮੈਂ ਕੀ ਕਹਾਂ, ਓਹ ਖੇਤ ਤਾਂ ਮੈਂ ਕਿਹਾ ਆ ਰਿਹਾ ਬਾਈ ਦਾ। ਅਰੇ ਬਸ ਜ਼ਿਆਦਾ ਹੀ ਡੈਕਸ ਬ੍ਰੇਕਾਂ ਬਾਈ ਇਹਦੇ ਪਿੱਛੇ। ਮੈਂ ਕਿਹਾ ਬੱਲੇ ਬੱਲੇ, ਆਹ ਟਰੈਕਟਰ ਦੀ ਗੱਲ ਕਰਦਾ ਸੀ ਬਾਈ, ਇਹ ਕਿਹੜਾ ਟਰੈਕਟਰ? ਓਏ ਹੋਏ ਹੋਏ ਹੋਏ, ਇਹ ਹੈਗਾ ਮੇਰੇ ਵੀਰੋ ਸਵਰਾਜ। ਇਹ ਕਿਹੜਾ ਸਵਰਾਜ ਆ ਗਿਆ ਬਾਬਿਓ? ਸਵਰਾਜ 663 FE। ਬੱਲੇ ਬੱਲੇ ਬੱਲੇ, ਤੁਹਾਡੇ ਨਵਾਂ ਮਾਡਲ ਸਵਰਾਜ ਦਾ ਮੇਰੇ ਵੀਰੋ, ਕਿੱਦਾਂ ਲੱਗਿਆ? ਕਿੱਦਾਂ ਲੱਗਿਆ 855 ਨਾਲੋਂ? ਇਹਦੀ ਸ਼ੇਪ ਨੂੰ ਕੀ ਕਰਤਾ ਉਹਨਾਂ ਨੇ? ਪੋਲੀਆ ਹੋ ਗਿਆ ਇਹਨੂੰ। 855 ਦੀ ਲੁੱਕ ਵਧੀਆ ਸੀ ਤਾਂ ਬਾਈ ਇਹਦੀ ਯਾਰ, ਚੈੱਕ ਕਰੋ ਇੱਕ ਵਾਰੀ, ਆਹ ਚੈੱਕ ਕਰੋ ਮੂਹਰੋਂ ਇਹਨਾਂ ਨੇ, ਮਤਲਬ ਨਵੇਂ ਮਾਡਲ ਜਿਹਾ ਤਾਂ ਬਣਾ ਤਾ, ਪਰ ਓਕੇ ਓਕੇ ਰਿਪੋਰਟ ਆ। ਆਹ ਗੇਅਰ ਵਧੀਆ ਲੱਗਿਆ ਮੈਨੂੰ, ਅਤੇ ਬਾਕੀ ਆ ਪਤਾ ਨਹੀਂ ਪਿੱਛੇ ਕੀ ਪਿਆ ਯਾਰ, ਸਮਝ ਨਹੀਂ ਲੱਗਦੀ ਪਈ। ਪਰ ਮੁੜ ਕਿੱਦਾਂ ਲੱਗਿਆ ਤੁਹਾਨੂੰ ਯਾਰ ਨਵਾਂ ਮਾਡਲ? ਮੇਰੇ ਕੋਲ ਤਾਂ ਅੱਜ ਆਇਆ, ਤੁਹਾਡੇ ਕੋਲ ਤਾਂ ਪਤਾ ਨਹੀਂ ਕਦੋਂ ਦਾ ਹੋਣਾ, ਪਰ ਇਹ ਤਾਂ ਹੁਣ ਚਲਾ ਕੇ ਪਤਾ ਲੱਗੂ, ਹੈ ਨਾ। ਦੇਖੀਏ ਚਲਾ ਕੇ ਕੀ ਹਿਸਾਬ ਕਿਤਾਬ ਇਹਦਾ। ਆਹ ਜਿਹੜੀ ਚੀਜ਼ ਇਹਦੇ ਪਿੱਛੇ ਪਾਈ ਹੈ ਨਾ, ਇਹਨੂੰ ਕਹਿੰਦੇ ਕੀ ਹੈ? ਪਲੋ ਪਲੂ ਪਤਾ ਨਹੀਂ ਯਾਰ, ਸਮਝ ਨਹੀਂ ਲੱਗਦੀ ਪਈ। ਆਵਾਜ਼ ਕਿੱਦਾਂ ਦੀ ਆ? ਆਵਾਜ਼ ਪੈਕਅਪ ਤਾਂ ਬਾਈ ਇਹਦੀ ਮੈਨੂੰ ਵਧੀਆ ਲੱਗੀ ਆ ਫਿਲਹਾਲ, ਬਾਕੀ ਦੇਖਦੇ ਇਹਨੂੰ ਲੈ ਕੇ ਜਾਂਦੇ ਆਪਾਂ ਆਪਣੇ ਖੇਤ। ਓਏ ਹੋਏ, ਗੇਅਰ ਵੇਖੋ ਕਿੱਦਾਂ ਪਾਉਂਦਾ ਮਾਮਾ ਹੀਰ ਦਾ, ਬੱਲੇ ਬਾਬਿਓ। ਅਤੇ ਆਪਾਂ ਦੂਜਾ ਟਰੈਕਟਰ ਆਪਣਾ ਉੱਥੇ ਹੀ ਛੱਡਤਾ। ਸਪੀਡ ਚੈੱਕ ਕਰੀਏ ਇਹਦੀ, ਹੁਣ ਦੇਖਦੇ ਹਾਂ। ਓਹੋ ਬਾਈ, ਆਟੋਮੈਟਿਕ ਟਰੈਕਟਰ ਲੱਗਦਾ ਮੈਨੂੰ। ਹੈਗੀ ਗੱਲਬਾਤ, ਹੈਗੀ ਗੱਲਬਾਤ ਬਾਬਿਓ, ਹੈਗੀ ਗੱਲਬਾਤ। ਉਹ ਦੇਖੋ
ਪੈਕਅਪ ਇਹਦੀ ਇੱਦਾਂ ਗਈ ਜਿੱਦਾਂ ਸਹੁਰੇ ਦੀ ਲਾਲ ਮਰੂਤੀ ਨੇ ਚੱਕਾ ਜਾਮ ਕਰਾਤਾ ਬਾਈ, ਇੱਦਾਂ ਇੱਧਰ ਹਿਸਾਬ ਤਾਂ ਇੱਧਰ ਚੈੱਕ ਕਰਿਓ। ਮੈਂ ਕਿਹਾ ਮੈਨੂੰ ਲੱਗਦਾ ਇਹ 'ਚ ਪਾਵਰ ਇੰਨੀ ਆ ਨਾ, ਭਾਈ ਨੇ ਕਿਹਾ ਸੀ ਚੈੱਕ ਕਰੀ ਇਹਦੀ ਪਾਵਰ, ਇੱਧਰ ਚੈੱਕ ਕਰਿਓ ਬਾਈ ਜਗਾੜਮੈਂਟ। ਚੱਲ ਬਾਈ ਲਾ ਤੇ ਨਾ ਟਾਇਰ ਪਿੱਛੇ ਨੂੰ ਘੁੰਮਣ, ਇੰਨੀ ਪੈਕਅਪ ਆ ਬਾਈ ਇਹਦੀ, ਆ ਚੈੱਕ ਕਰੋ। ਮੈਂ ਕਿਹਾ ਮਾਰਦਾ ਨਾ ਫਰੱਟ ਇਹ ਥੋਡੀ ਨੂੰ, ਇਹ ਤਾਂ ਬਾਈ ਡਰਿਫਟਿੰਗ ਵਾਲਾ ਹੈ ਟਰੈਕਟਰ। ਓ ਬਾਈ 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 ਇਹ ਤਾਂ ਬਾਈ ਸਿਰਾ ਹੋ ਗਿਆ ਮੇਰੇ ਵੀਰੋ ਥੋਡੀ ਨੂੰ। ਸਵਰਾਜ ਵਾਲਿਆਂ ਨੇ ਆਹ ਚੀਜ਼ ਹੱਥ ਕੱਢਤੀ ਓਏ, ਇਹ ਤਾਂ ਹੁਣ ਪਤਾ ਲੱਗੂਗਾ। ਹੁਣ ਆਪਾਂ ਪਿੱਛੇ ਤੇ ਆ ਪਾਏ ਆ ਕੀ ਕਹਿੰਦੇ ਹੁੰਦੇ ਆ ਇਹਨੂੰ, ਪਲੋ ਪਲੂ ਜਾਂ ਹਲ। ਬਾਕੀ ਬਾਈ ਟਰੈਕਟਰ ਦੱਸੋ, ਟਰੈਕਟਰ ਤਾਂ ਮੈਨੂੰ ਤਾਂ ਮਾਸ਼ਾਅੱਲਾ ਲੱਗਿਆ ਐਵੇਂ ਤੁਹਾਨੂੰ ਮੈਂ ਕਹਿਦਾ। ਟਰੈਕਟਰ ਦੀ ਪੈਕਅਪ ਬਾਹਲੀ ਤਕੜੀ ਆ ਭਰੋ ਜੀ, ਇਹਦੇ ਜਿਹੜੇ ਪਿੱਛੇ ਜਗਾੜਮੈਂਟ ਪਾਇਆ ਨਾ ਇਹਨੂੰ ਆਪਾਂ ਲਾ ਦਈਏ ਇੱਕ ਵਾਰੀ, ਤੁਹਾਨੂੰ ਇੱਦਾਂ ਹੀ ਦਿਖਾਉਂਦਾ। ਟਰੈਕਟਰ ਦਾ ਰਿਵਿਊ ਕਰਕੇ ਦਿਖਾਉਂਦੇ ਆ ਤੁਹਾਨੂੰ, ਹਾਈ ਫੋਰ 'ਚ ਚੱਲਦਾ ਪਿਆ ਮੰਨਦੇ ਆ ਬਾਈ। ਥੋਡੀ ਨੂੰ ਕਾਸ਼ ਕਿਤੇ ਮੀਂਹ ਪੈਣ ਲੱਗ ਜਾਵੇ ਨਾ ਬਾਈ, ਫਿਰ ਚਿੱਕੜ 'ਚ ਮੈਨੂੰ ਲੱਗਦਾ ਨਾ ਗੱਲਬਾਤ ਐਂਡ ਹੋਊਗੀ। ਰੁਕ ਜਾਓ, ਲਾਈਏ ਰੱਬ ਨੂੰ ਫੋਨ, ਫਿਰ ਲਾ ਦਈਏ, ਪਵਾ ਦਈਏ ਮੀਂਹ ਫਿਰ ਬਾਬੇ। ਕਹਿ ਦਿਓ ਕਿ ਬਰਾੜ ਬਾਈ ਪਵਾ ਦੇ ਮੀਂਹ, ਫਿਰ ਪਵਾ ਦਈਏ। ਲਓ ਮੇਰੇ ਵੀਰੇ, ਤੁਹਾਨੂੰ ਕਿਹਾ ਸੀ ਫੋਨ ਲਾ ਤਾ ਆਪਾਂ ਬੱਬ ਨੂੰ, ਅਤੇ ਬਾਬੇ ਨੇ ਮੀਂਹ ਪਵਾ ਤਾ ਜਿੱਦਾਂ ਤੁਸੀਂ ਦੇਖ ਸਕਦੇ ਆ। ਮੀਂਹ ਮੈਂ ਤਾਂ ਕਹਿੰਦਾ ਸੀ, ਮੈਂ ਕਿਹਾ ਬਾਈ ਮੀਂਹ 'ਚ ਨਾ ਇਹਦਾ ਗਾਰਾ ਜਾ ਇਹਦਾ ਚੈੱਕ ਕਰਿਓ ਤੁਸੀਂ, ਹੁਣ ਜਿਹੜੇ ਪੱਟੂਗਾ ਨਾ ਧੂੜਾ ਪੱਟੂਗਾ ਇੱਕ ਵਾਰੀ ਚੈੱਕ ਕਰਿਓ ਬਾਬਿਓ, ਜੇ ਪੱਟਦਾ ਗਾ ਮਾਮਾ ਹੀਰ ਦਾ, ਪਰ ਮੈਨੂੰ ਤਾਂ ਲੱਗਦਾ ਨਹੀਂ ਪੱਟਦਾ ਗਾ, ਪਰ ਪੱਟਣੀਆਂ ਚਾਹੀਦੀਆਂ ਸੀ ਵੈਸੇ। ਪੱਟਦਾ 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 ਥੋੜ੍ਹੀ ਥੋੜ੍ਹੀ ਪੱਟਣ ਲੱਗਿਆ ਕਿਉਂਕਿ ਹਜੇ ਵਾਹਣ ਗਿੱਲਾ ਨਹੀਂ ਹੋਇਆ। ਇਹ ਟਰੈਕਟਰ ਦਾ ਰਿਵਿਊ ਹੀ ਕਰਦੇ ਪਏ ਹਾਂ ਆਪਾਂ, ਰੋਜ਼ ਹੁਣ ਦੇਖਿਓ ਗੱਡੀਆਂ ਨੂੰ ਤੁਸੀਂ ਇੰਨੇ ਵਾਰੀ ਘੁੰਮਦੇ ਦੇਖਿਆ ਗਾ, ਅੱਜ ਤੁਹਾਨੂੰ ਟਰੈਕਟਰ ਘੁੰਮਾ ਕੇ ਦਿਖਾਉਣੇ ਆ। ਇੱਧਰ ਹਜੇ ਹਰਿਆਲੀ ਜੀ ਜ਼ਿਆਦਾ ਗੀ, ਉੱਧਰ ਦੂਜੇ ਵਾਹਨ 'ਚ ਜਾਂਦੇ ਹਾਂ ਬਾਈ। ਓਏ ਹੋਏ ਹੋ, ਹੁਣ ਮੰਨ ਗਏ ਬਾਈ, ਬੱਲੇ 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 ਬਾਬਿਓ। ਇਹ ਟਰੈਕਟਰ ਨਾਲ ਤਾਂ ਭਲਾ ਨਹੀਂ ਬੰਦਾ ਇੱਦਾਂ ਹੀ ਖੇਡੀ ਜਾਵੇ ਸਿਰਾ ਗੱਲਬਾਤ। ਟਾਇਰ ਚੈੱਕ ਕਰਿਓ, ਟਾਇਰ ਚੈੱਕ ਕਰਿਓ। ਚੱਲ ਬਾਈ ਮਾਸ਼ਾਅੱਲਾ, ਚੱਲ ਬਾਈ ਪਾ ਦੇ, ਚੱਲ ਬਾਈ ਸਟੰਟ ਵਾਲਾ ਕੰਮ ਆ ਇੱਕ ਵਾਰੀ ਫਿਰ। ਚਾੜਦੀ ਗੁੱਡੀ ਚਾੜਦੀ ਅੰਬਰਾਂ ਤੇ, ਮੰਨਦੇ ਆ ਮੁੰਡੇ ਮੰਨਦੇ ਆ। ਹਜੇ ਵੀ ਨਹੀਂ ਲਾਈਕ ਸਬਸਕ੍ਰਾਈਬ ਕੀਤਾ, ਫਿਰ ਤਾਂ ਬਸ ਕਲੋਲਾਂ ਹੈਗੀਆਂ। ਉਹ ਥੋਡੀ ਨੂੰ ਇਹਨੂੰ, ਓਏ ਹੋਏ ਆਹ ਕੀ ਹੋਣ ਲੱਗ ਗਿਆ, ਇਹਨੂੰ ਕਹਿੰਦੇ ਕਾਲਾ ਜੱਟ ਜਦੋਂ ਵੀ ਹਟਦਾ ਨਾ ਉਹ ਬਸ ਦੇਖਣ ਵਾਲਿਆਂ ਨੂੰ ਦੰਦਲ ਪਾਤੀ, ਬਸ ਦੇਖਣ ਵਾਲਿਆਂ ਨੂੰ ਬਾਈ ਸਕਰੀਨ ਹਿਲਾਤੀ ਤੁਸੀਂ। ਪਰ ਬਾਬਿਓ ਟਰੈਕਟਰ ਤਾਂ ਮੈਂ ਕਿਹਾ ਸਾਰੇ ਟਰੈਕਟਰ ਇਹਨੇ ਫੇਲ ਕਰਤੇ ਆ, ਜਿੱਦਾਂ ਤੁਸੀਂ ਦੇਖ ਸਕਦੇ ਆ ਇੰਨੀ ਤਕੜੀ ਪੈਕਅਪ, ਇੰਨੀ ਤਕੜੀ, ਮੈਂ ਕਿਹਾ ਮਾਸ਼ਾਅੱਲਾ ਸੁਭਾਨ ਅੱਲਾ ਗੱਲਬਾਤ ਇਹ 'ਚ। ਅਤੇ ਬਾਕੀ ਤੁਹਾਨੂੰ ਕਿੱਦਾਂ ਲੱਗਿਆ ਟਰੈਕਟਰ? ਬਾਕੀ ਯਾਰ ਬਾਈ ਮਾਫ਼ੀ ਚਾਹੁੰਦਾ ਕਿਉਂਕਿ ਖੇਤੀ ਤਾਂ ਅੱਜ ਆਪਾਂ ਕੀ ਕਰਨੀ ਸੀ ਇੱਧਰ, ਜਿੱਦਾਂ ਤੁਸੀਂ ਦੇਖ ਹੀ ਸਕਦੇ ਆ ਆ ਕਿੱਲੇ 'ਚ ਦੇਖੋ ਤੁਸੀਂ, ਮੈਂ ਕਿਹਾ ਇੰਨਾ ਗੰਦਾ ਹਾਲ ਕੀਤਾ ਪਿਆ, ਸਮਝ ਨਹੀਂ ਲੱਗਦੀ ਪਈ, ਮਤਲਬ ਜਿੱਦਾਂ ਤੁਸੀਂ ਦੇਖ ਸਕਦੇ ਆ ਕੋਈ ਕੀ ਕਰਦਾ ਪਿਆ ਕੋਈ ਕੀ ਕਰਦਾ ਪਿਆ, ਪਰ ਆਪਾਂ ਇੱਥੇ ਫਨ ਕਰਦੇ ਪਏ ਹਾਂ। ਟਰੈਕਟਰ ਦੀ ਪੈਕਅਪ
ਟਰੈਕਟਰ ਦਾ ਰਿਵਿਊ ਲੈਂਦੇ ਪਏ ਹਾਂ ਨਵੇਂ ਸਵਰਾਜ ਦਾ, ਜਿੱਦਾਂ ਤੁਸੀਂ ਦੇਖ ਸਕਦੇ ਹਾਂ। ਅਤੇ ਉਮੀਦ ਕਰਦੇ ਹਾਂ ਅੱਜ ਦਾ ਸਵਰਾਜ ਤੁਹਾਨੂੰ ਵਧੀਆ ਲੱਗਿਆ ਹੋਊਗਾ। ਅਤੇ ਮੈਂ ਨਾ ਬਈ ਹੁਣ ਇੱਥੇ ਚੰਗੀ ਤਰ੍ਹਾਂ ਖੇਤੀ ਕਰੂੰਗਾ ਬਾਅਦ 'ਚੋਂ, ਕਿਉਂਕਿ ਆਹ ਕਿੱਲਾ ਪਹਿਲਾਂ ਆਪਾਂ ਕਰਨਾ ਪੱਧਰਾ, ਕਿਉਂਕਿ ਮੈਨੂੰ ਲੱਗਦਾ 2-3 ਮਹੀਨੇ ਹੋ ਗਏ ਆ ਜਿਹੜੀ ਇੱਥੇ ਆਪਾਂ ਬੀਜਿਆ ਸੀ ਇੱਦਾਂ ਹੀ ਆ, ਅਤੇ ਉਹ ਵਿਚਾਰਾ ਟਰੈਕਟਰ ਆਪਣਾ ਪੂਰਾ ਜ਼ੋਰ ਲਾਈ ਜਾਂਦਾ। ਅਤੇ ਬਾਕੀ ਅੱਜ ਦਾ ਮੁੱਦਾ ਇਹੀ ਸੀ ਕਿ ਬਾਈ ਨੇ ਮੈਨੂੰ ਟਰੈਕਟਰ ਭੇਜਿਆ, ਬਾਈ ਕਹਿੰਦਾ ਚਲਾ ਕੇ ਦੇਖ ਕਿਰਾਂ, ਅਤੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਜੇ ਤੁਹਾਨੂੰ ਵਧੀਆ ਲੱਗਿਆ ਤੁਹਾਨੂੰ ਪਤਾ ਹੀ ਆ ਤੁਸੀਂ ਕੀ ਕਰਨਾ। ਅਤੇ ਇੱਕ ਵਾਰੀ ਫਿਰ ਜਾਂਦੇ ਜਾਂਦੇ ਇਹ ਤਾਂ ਸਟੰਟ ਮੇਰੇ ਵੀਰੋ ਕਾਲਾ ਜੱਟ ਹੀ ਕਰ ਸਕਦਾ, ਇੱਕ ਵਾਰੀ ਤੁਸੀਂ ਲਾ ਦਿਓ ਚਕਾਰਾ ਇੱਧਰ ਵੇਖਿਓ ਹੁਣ। ਚੱਲ ਬਾਈ ਓਏ ਹੋ ਬਾਈ ਸਿਰਾ ਯਾਰ ਸਿਰਾ ਮਾਹੌਲ ਬਾਬਿਓ, ਇਹ ਟਰੈਕਟਰ ਨਾਲ ਨਾ ਗੱਲਾਂ ਬਾਤਾਂ ਹੀ ਹੋਰ ਆ ਬਾਬਿਓ। ਰੋ ਜੋ ਇੱਕ ਵਾਰੀ ਅੱਡਾ ਚੁਕਾ ਦਈਏ ਜਾਂਦੇ ਜਾਂਦੇ, ਅਤੇ ਬਾਕੀ ਮੁੰਡੇ ਜੇ ਵਧੀਆ ਲੱਗਿਆ ਆਪਣਾ ਟਰੈਕਟਰ। ਚੱਲ 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 ਚੱਲ, ਨਹੀਂ ਇੱਥੇ ਵਾਹਣ ਗਿੱਲਾ ਹੈਗਾ ਪਰ ਪੂਰਾ ਵਧੀਆ ਯਾਰ ਬਾਬਿਓ। ਲਓ ਵੀ ਮੁੰਡੇ ਮੈਨੂੰ ਦਿਓ ਇਜਾਜ਼ਤ, ਕਿਉਂਕਿ ਇੱਥੇ ਆਪਾਂ ਖੇਤੀਬਾੜੀ ਮੈਂ ਹੁਣ ਤੁਹਾਨੂੰ ਜੇ ਤੁਹਾਡੇ ਸਾਹਮਣੇ ਕਰਨ ਲੱਗ ਗਿਆ ਫਿਰ ਮੈਨੂੰ ਟਾਈਮ ਬਹੁਤ ਲੱਗ ਜਾਣਾ। ਇਹ ਕਿੱਲਾ ਕੁੱਲਾ ਪੱਧਰਾ ਕਰਕੇ ਬਾਅਦ 'ਚ ਆਉਂਦੇ ਹਾਂ ਕਿ ਤਕੜੇ ਜਿਹੇ ਐਪੀਸੋਡ ਨਾਲ, ਜਾਂ ਮੈਂ ਨਵੇਂ ਪਿੰਡ ਜਾਊਂਗਾ ਬਾਈ ਹੁਣਾਂ ਕੋਲ ਅਤੇ ਉੱਥੇ ਜਾ ਕੇ ਦੇਖਦੇ ਹਾਂ। ਅਤੇ ਉਮੀਦ ਕਰਦੇ ਹਾਂ ਅੱਜ ਦਾ ਐਪੀਸੋਡ ਤੁਹਾਨੂੰ ਵਧੀਆ ਲੱਗਿਆ, ਜੇ ਵਧੀਆ ਲੱਗਿਆ ਮੇਰੇ ਭਰਾ ਖਾਸ ਕਰ ਆ ਟਰੈਕਟਰ ਆਪਣਾ, ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ। ਅਤੇ ਮਿਲਦੇ ਹਾਂ ਤੁਹਾਨੂੰ ਕਾਲੇ ਜੱਟ ਦੀਆਂ ਮੁੱਛਾਂ ਅਗਲੇ ਐਪੀਸੋਡ ਵਿੱਚ। ਰੱਬ ਰਾਖਾ ਮੇਰੇ ਵੀਰੋ।